ਪਿਛਲੇ 1 ਮਹੀਨੇ ਤੋਂ ਕੋਈ ਇੱਥੇ ਬੰਦਾ ਨਹੀਂ ਆਇਆ। ਦੂਸਰੀ ਪਾਰਟੀ ਹੈ ਮੁੱਖ ਮੰਤਰੀ ਪੰਜਾਬ ਤੇ ਸਰਕਾਰ ਜਿਹੜੀ ਤੁਹਾਨੂੰ ਭੇਜਦੀ ਹੈ ਕਿ ਇੱਥੇ ਕਬਜ਼ਾ ਕਰੋ ਚੱਲ ਕੇ, ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਸਾਡੇ ਆਪਣੀ ਪ੍ਰੋਪਰਟੀ ਦੇ ਅੰਦਰ ਜਾਣ ਵਾਸਤੇ ਅੱਜ ਪਤਾ ਨਹੀਂ ਕਿਹੜੀ ਨੌਬਤ ਆ ਗਈ ਆ ਕਿ ਪੰਜਾਬ ਪੁਲਿਸ ਨੇ ਰਾਸਤਾ ਹੀ ਰੋਕਤਾ। ਇੱਥੇ ਮੈਂ ਆਇਆ ਸਾਡੀ ਐਮ ਸੀ ਹੈ ਬਿਮਲਾ ਰਾਣੀ, ਉਹਨਾਂ ਦੇ ਪਤੀ ਹੈਗੇ ਹੈ ਵਿਜੇ ਕੁਮਾਰ ਜੀ, ਬਹੁਤ ਹੀ ਸਾਡੇ ਕਾਂਗਰਸ ਦੇ ਐਕਟਿਵ ਮੈਂਬਰ ਹੈ ਇਹ, ਔਰ ਵੱਡੇ ਪੱਧਰ 'ਤੇ ਇਲੈਕਸ਼ਨ ਦੇ ਵਿੱਚ ਕੰਮ ਕਰ ਰਹੇ। ਇੱਥੇ ਮੁੱਖ ਮੰਤਰੀ ਜੀ ਆਏ ਆ ਭਗਵੰਤ ਮਾਨ ਜੀ, ਅਤੇ ਸਾਡੇ ਐਮ ਸੀਆਂ ਨੂੰ ਜ਼ਬਰਦਸਤੀ ਉਹਨਾਂ ਦੇ ਕੰਮਾਂ ਦੇ ਵਿੱਚ ਪੁਲਿਸ ਤੋਂ ਵੱਲੋਂ ਡਰਾ ਧਮਕਾ ਕੇ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਜ਼ੋਰ ਪਾਇਆ ਜਾ ਰਿਹਾ। ਇੱਥੇ ਸਾਡੀ ਇਸ ਐਮ ਸੀ ਦਾ ਕੰਮ ਚੱਲ ਰਿਹਾ, ਇਹਨਾਂ ਕੋਲ ਸਟੇ ਆਰਡਰ ਹੈ, ਕੋਰਟ ਨੇ ਆਰਡਰ ਦਿੱਤੇ ਹੋਏ ਹੈ, 15 ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਗੇਟ ਲੱਗਿਆ ਵਾ, ਕਬਜ਼ਾ ਹੈ, ਅਤੇ ਬਿਲਕੁਲ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਚੱਲਦਾ ਸੀ, ਲੇਕਿਨ ਹੁਣ ਇਹ ਇਲੈਕਸ਼ਨ ਆਉਣ ਕਰਕੇ ਇਹਨਾਂ ਦੇ ਚਾਰੇ ਪਾਸੇ ਪੁਲਿਸ ਲਗਾ ਦਿੱਤੀ ਗਈ ਹੈ। ਜਿੱਧਰ ਨੂੰ ਦੇਖੋ ਪੁਲਿਸ ਖੜ੍ਹੀ ਹੈ, ਪੁਲਿਸ ਕਰਮਚਾਰੀ ਖੜ੍ਹੇ ਹੈ, ਐਸ ਪੀ ਤੱਕ ਦੇ ਰੈਂਕ ਦੇ ਅਫਸਰ ਇੱਥੇ ਲਗਾਏ ਹੋਏ ਹੈ। ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਅੱਜ ਇਹ ਪਾਰਟੀ ਜੁਆਇਨ ਕਰਨ, ਨਹੀਂ ਤਾਂ ਇਹਨਾਂ ਦਾ ਇਹ ਕਬਜ਼ਾ ਲੈ ਲਿੱਤਾ ਜਾਏਗਾ। ਵਿਰੋਧੀ ਪਾਰਟੀ ਇੱਥੇ ਕੋਈ ਨਹੀਂ ਹੈ, ਸਿਰਫ ਪੁਲਿਸ ਹੀ ਵਿਰੋਧੀ ਪਾਰਟੀ ਦਾ ਕੰਮ ਕਰ ਰਹੀ ਹੈ, ਇਹਨਾਂ ਤੋਂ ਕਬਜ਼ਾ ਖੋ ਰਹੀ ਹੈ, ਅਤੇ ਇਹਨਾਂ ਨੂੰ ਇੱਥੇ ਸਵੇਰੇ 7 ਵਜੇ ਤੋਂ 200-400 ਬੰਦਾ ਪੁਲਿਸ ਦਾ ਲਗਾ ਕੇ ਕਿਸੇ ਨੂੰ ਕੰਮ ਕਰਨ ਵਾਲਿਆਂ ਨੂੰ ਜਾਂ ਜਿਹੜੇ ਮਾਲਕ ਹੈ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ। ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਹੈ। ਮੈਂ ਇਲੈਕਸ਼ਨ ਕਮਿਸ਼ਨ ਤੋਂ ਵੀ ਮੰਗ ਕਰਦਾ ਅਤੇ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਜਿਹੜੇ ਇੱਥੇ ਆ ਕੇ ਰਹੇ ਹੈ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੁੱਖ ਮੰਤਰੀ ਜੀ, ਕਿਆ ਤੁਸੀਂ ਨਜਾਇਜ਼ ਕਬਜ਼ੇ ਕਰਾ ਕੇ ਸਾਡੇ ਐਮ ਸੀ ਲੈਵਲ ਦੇ ਬੰਦਿਆਂ ਨੂੰ ਧਮਕਾ ਕੇ ਇਲੈਕਸ਼ਨ ਜਿੱਤਣ ਆਏ ਹੋ, ਜਾਂ ਤੁਸੀਂ ਇੱਥੇ ਇਲੈਕਸ਼ਨ ਕਰਾਉਣ ਵਾਸਤੇ ਇੱਥੇ ਦੇ ਲੋਕਾਂ ਦੇ ਕੰਮ ਕਰਨ ਆਏ ਹੋ? ਇਹ ਲੋਕਾਂ ਦੇ ਕੰਮ ਹੈ? ਇੱਕ ਐਮ ਸੀ ਲੈਵਲ ਦਾ ਬੰਦਾ ਉਸ ਨੂੰ ਅੱਜ ਧਮਕਾਇਆ ਜਾ ਰਿਹਾ ਕਿ ਤੂੰ ਅੱਜ ਦੁਪਹਿਰ ਤੱਕ ਪਾਰਟੀ ਜੁਆਇਨ ਕਰ, ਨਹੀਂ ਤੇਰਾ ਕਬਜ਼ਾ ਕਰ ਲਿਆ ਜਾਏਗਾ। ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ। ਇਹਦੇ ਕੋਲ ਸਟੇ ਹੈ, ਆਹ ਦੇਖੋ ਕਿੰਨੀ ਬਿਲਡਿੰਗ ਖੜ੍ਹੀ ਹੋ ਗਈ ਹੈ, ਅੱਜ ਤੱਕ ਤਾਂ ਕੋਈ ਆਇਆ ਨਹੀਂ। ਮੁੱਖ ਮੰਤਰੀ ਜੀ ਆਏ ਆ, ਉਹਨਾਂ ਨੂੰ ਦੂਸਰੀ ਪਾਰਟੀ ਨੇ ਅਪਰੋਚ ਕੀਤਾ ਤਾਂ ਇੱਥੇ ਕਬਜ਼ਾ ਹੋ ਗਿਆ, ਹੁਣ ਇਹਦਾ ਕੰਮ ਰੋਕਿਆ ਜਾ ਰਿਹਾ। ਅਸੀਂ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆਓ, ਉਹਨਾਂ ਨੂੰ ਓਨਰ ਕੀਤਾ ਜਾਏਗਾ। ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਤੁਸੀਂ ਕਿਸੇ ਬੰਦੇ ਨੂੰ ਡਿਸਪੋਜੈਸ ਕਰੋ। ਇਹਨਾਂ ਪਾਸ ਇੱਥੇ ਦੀ ਰਜਿਸਟਰੀਆਂ ਹੈ, ਇਹਨਾਂ ਕੋਲ ਇੱਥੇ ਐਨ ਓ ਸੀ ਹੈ, ਇੱਥੇ ਦੀ ਸਰਕਾਰ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਇੱਥੇ ਨਕਸ਼ੇ ਪਾਸ ਕੀਤੇ ਹੈ। ਨਕਸ਼ੇ ਪਾਸ ਕਰਨ ਤੋਂ ਬਾਅਦ ਮੌਕਾ ਦੇ ਕੇ ਉਹਨਾਂ ਨੇ ਨਕਸ਼ੇ ਪਾਸ ਕਰਕੇ ਇਹਨਾਂ ਨੂੰ ਅਲਾਓ ਕੀਤਾ ਕਿ ਇਹ ਇੱਥੇ ਆਪਣੀ ਬਿਲਡਿੰਗ ਬਣਾਉਣ। ਸਾਰਾ ਕੁਛ ਪ੍ਰੋਸੀਜਰ ਦੇ ਤਹਿਤ ਹੋਇਆ, ਅੱਜ ਤੱਕ ਸੀਵਰੇਜ ਵਾਟਰ ਸਪਲਾਈ ਇੱਥੇ ਇਹਨਾਂ ਦੇ ਨਾਮ ਤੇ ਚੱਲਦਾ, ਫਿਰ ਕਿਹੜੀ ਗੱਲ ਤੋਂ ਅੱਜ ਪੁਲਿਸ ਆ ਕੇ ਇੱਕਦਮ ਇਹਨਾਂ ਨੂੰ ਰੋਕਣ ਲੱਗ ਗਈ ਹੈ? ਮੈਂ ਪੁਲਿਸ ਨੂੰ ਬੇਨਤੀ ਕਰਦਾ ਕਿ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆਉਣ, ਇਹਨਾਂ ਕੋਲ ਹੈਗੇ ਆ ਸਟੇ ਦੇ ਆਰਡਰ, ਕਿ ਇਹਨਾਂ ਨੂੰ ਇੰਟਰਫੇਅਰ ਨਹੀਂ ਕੀਤਾ ਜਾਏਗਾ, ਇਹ ਦੂਸਰੀ ਪਾਰਟੀ ਕੋਈ ਪਾਰਟੀ ਕਿਸੇ ਤਰ੍ਹਾਂ ਨਹੀਂ ਕਰ ਸਕਦੀ। ਉਹ ਆਉਂਦਾ ਹੀ ਨਹੀਂ ਆ, ਦੂਸਰੀ ਪਾਰਟੀ ਪੁਲਿਸੇ ਪਾਰਟੀ ਬਣੀ ਹੋਈ ਹੈ ਤੇ ਪੁਲਿਸ ਹੀ ਕਾਰਵਾਈ ਕਰ ਰਹੀ ਹੈ। ਅਸੀਂ ਇਹ ਨਜਾਇਜ਼ ਹੋਣ ਨਹੀਂ ਦੇਣੀ, ਤੇ ਅਸੀਂ ਇਹ ਪੂਰੇ ਜਲੰਧਰ ਵਾਈਡ ਜ਼ਿਲ੍ਹਾ ਵਾਈਜ਼ ਪ੍ਰੋਟੈਸਟ ਸ਼ੁਰੂ ਕਰਾਂਗੇ। ਇਹ ਇਲੈਕਸ਼ਨ ਛੱਡ ਕੇ ਅਸੀਂ ਪਹਿਲਾਂ ਇਸੇ ਕੰਮ ਦੇ ਮਗਰ ਪੈ ਜਾਣਾ, ਸਾਡੇ ਬੰਦੇ ਹੀ ਜੇ ਤੋੜ ਤੋੜ ਕੇ ਧੂ ਧੂ ਕੇ ਲੈ ਗਏ, ਖਿੱਚ ਖਿੱਚ ਕੇ ਆਹ ਖੜੇ ਸਾਡਾ ਐਮ ਸੀ ਦੇ ਪਤੀ, ਇਹ ਕਹਿੰਦਾ ਜੀ ਮੈਨੂੰ ਅੱਜ ਜੁਆਇਨ ਕਰਨ ਨੂੰ ਕਹਿ ਰਹੇ, ਜਿਹੜੇ ਪੁਲਿਸ ਹਟ ਜਾਏਗੀ ਕਿਉਂ ਜੀ ਦੱਸੋ।
ਇਹਦੇ ਨਕਸ਼ੇ ਕਾਰਪੋਰੇਸ਼ਨ ਵੱਲੋਂ ਪਾਸ ਆ, ਇਹਨਾਂ ਦੀਆਂ ਐਨਓਸੀਆਂ ਕੱਚੀਆਂ ਪੱਕੀਆਂ, ਔਰ ਇਹਨਾਂ ਐਨਓਸੀ ਨਕਸ਼ੇ ਅਸੀਂ ਪਾਸ ਕਰਵਾਏ ਹੋਏ ਆ। ਜਿਹੜੇ ਬੰਦਿਆਂ ਦੀ ਪੁਲਿਸ ਮਦਦ ਕਰਦੀ ਆ ਉਹਨਾਂ ਖਸਰਿਆਂ ਦੇ ਉੱਤੇ ਕੋਰਟ ਵੱਲੋਂ ਸਟੇ ਲੱਗ ਚੁੱਕਾ ਆ, ਕੋਰਟ ਲੱਗ ਕੋਰਟ ਉਹਨੇ ਲਾਤਾ ਹੋਇਆ। ਦੂਜੀ ਪਾਰਟੀ ਇਹਨਾਂ ਨੂੰ ਪੁੱਛੋ, ਉਹਨਾਂ ਦਾ ਨਾਂ ਹੀ ਨੀ ਪਤਾ ਜੀ ਉਹਨਾਂ ਦਾ, ਪਤਾ ਨਹੀਂ ਪੁਲਿਸ ਮੋਹਰੇ ਆਉਂਦੀ ਜੀ, ਪੁਲਿਸ ਕੀ ਕਹਿੰਦੀ ਆ? ਪੁਲਿਸ ਸਾਨੂੰ ਕਹਿੰਦੀ ਆ ਜੀ ਉਹਨਾਂ ਦੀ ਮਦਦ ਕਰਦੇ, ਸਾਨੂੰ ਜਗ੍ਹਾ ਛੱਡ ਦੋ, ਬਸ ਜਗ੍ਹਾ ਛੱਡ ਦੋ, ਉਹਨੂੰ ਦੇਣੀ ਹੈ ਜੀ। ਪਹਿਲੀ ਗੱਲ ਰੈਵੀਨਿਊ ਵੱਡਾ ਜੀ, ਕੋਰਟ ਵੱਡੀ ਹੁੰਦੀ ਹੈ ਜੀ। ਚੰਨੀ ਸਾਹਿਬ ਕਹਿੰਦੇ ਤੁਹਾਨੂੰ ਇਹਨਾਂ ਬੰਦੇ ਸਰੇਹ ਭੇਜਦੇ ਸਾਨੂੰ ਕੰਮ ਕਰਵਾਉਂਦੇ ਆ, ਉਸ ਬੰਦੇ ਨੇ ਜਗ੍ਹਾ ਸਿਰਫ ਇੱਕ ਸਾਲ ਪਹਿਲਾਂ ਲਈ ਸੀਗੀ ਤੇ ਉਹਨੇ ਉਹਦੇ ਵਾਸਤੇ ਪੁਲਿਸ ਕੰਮ ਕਰਦੀ ਆ। ਉਹ ਦੇਖੋ ਤੁਸੀਂ ਹੁਣ ਵੀ ਚੈੱਕ ਕਰ ਲਓ, ਉਹ ਪਾਰਟੀ ਇੱਥੇ ਹੈ ਨੀ ਗੀ, ਅਸੀਂ ਆਏ ਔਰ ਮੇਰੇ ਸਾਰੇ ਸਤਿਕਾਰਯੋਗ ਸਾਡੇ MLA ਐਕਸ MLA ਸਾਰੇ ਸਵਾਨ ਮੈਂਬਰ ਪਾਰਲੀਮੈਂਟ ਸਾਰੇ ਨਾਲ ਬੈਠੇ ਰਹੇ ਆ ਕੇ, ਪਰ ਉਹ ਪਾਰਟੀ ਇੱਥੇ ਹੈ ਨੀ। ਬਹੁਤ ਡਰਾਇਆ ਧਮਕਾਇਆ ਜੀ ਸਰੇ, ਇਹਨਾਂ ਨੇ ਮੇਰੇ ਬੰਦਿਆਂ ਦੇ ਉੱਤੇ ਜਿਹੜੇ ਲੇਬਰ ਵਾਲੇ ਉਹਨਾਂ ਨੂੰ ਡੰਡੇ ਮੈਂ ਚੜਾਇਆ ਉੱਥੋਂ ਜੀ, ਉਹ ਸਾਨੂੰ ਅੰਦਰ ਹੀ ਬਣ ਦਿੱਤਾ। ਬਿਲਕੁਲ ਧਮਕਾ ਜੀ ਸਾਨੂੰ ਬਹੁਤ।